ਅਗਸਤ ਦੇ ਮੱਦੇਨਜ਼ਰ ਸਰਹੱਦੀ ਇਲਾਕੇ ਦੇ ਅੰਦਰ ਪੰਜਾਬ ਪੁਲਿਸ ਜਿਹੜੀ ਚੌਕਸ ਹੋ ਗਈ ਹੈ, ਜਿਹੜੀ ਸਰਹੱਦਾਂ ਨੂੰ ਸੀਲ ਕਰਕੇ ਜਿਹੜੇ ਨਾਕਾਬੰਦੀ ਕੀਤੀਆਂ ਜਾ ਰਹੀਆਂ ਨੇ। ਫਾਜ਼ਿਲਕਾ ਸਰਹੱਦੀ ਇਲਾਕੇ ਦੀ ਜੇ ਗੱਲ ਕਰ ਲਈਏ ਤਾਂ ਇੱਕ ਲੰਬਾ ਏਰੀਆ ਜਿਹੜਾ ਹੈ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਕੌਮਾਂਤਰੀ ਸਰਹੱਦ ਦੇ ਨਾਲ ਲੱਗਦਾ ਹੈ, ਤੇ ਦੂਜੇ ਪਾਸੇ ਜਿਹੜਾ ਰਾਜਸਥਾਨ ਤੇ ਹਰਿਆਣੇ ਦੇ ਨਾਲ ਜਿਹੜੀਆਂ ਸਰਹੱਦਾਂ ਫਾਜ਼ਿਲਕਾ ਜ਼ਿਲ੍ਹੇ ਨੂੰ ਲੱਗਦੀਆਂ ਨੇ। ਵਿਸ਼ੇਸ਼ ਮੁਹਿੰਮ ਦੇ ਤਹਿਤ ਜਿਹੜਾ ਇਹ ਜਿਹੜਾ ਨਾਕਾਬੰਦੀ ਕੀਤੀ ਗਈ ਹੈ, ਸਰਹੱਦਾਂ ਨੂੰ ਸੀਲ ਕੀਤਾ ਗਿਆ ਹੈ। 15 ਅਗਸਤ ਦੇ ਮੱਦੇਨਜ਼ਰ ਰੱਖਦਿਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਇਹ ਫਾਜ਼ਿਲਕਾ ਦੀਆਂ ਨੇ ਜਿੱਥੇ ਪੰਜਾਬ ਪੁਲਿਸ ਵੱਲੋਂ ਜਿਹੜੀ ਵਿਸ਼ੇਸ਼ ਨਾਕਾਬੰਦੀ ਕਰਕੇ ਜਿਹੜੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਵੱਖ ਵੱਖ ਜਿਹੜੇ ਇਲਾਕੇ ਤੋਂ ਜਿਹੜੇ ਗੁਜ਼ਰਨ ਵਾਲੇ ਇਸ ਹਾਈਵੇ ਤੋਂ ਲੰਘਣ ਵਾਲੇ ਜਿਹੜੇ ਟ੍ਰੈਫਿਕ ਹੈ, ਉਹਨਾਂ ਵਾਹਨਾਂ ਦੀ ਜਿਹੜੀ ਤਲਾਸ਼ੀ ਲਈ ਜਾ ਰਹੀ ਹੈ। ਇਹ ਤਸਵੀਰਾਂ ਦੇ ਅੰਦਰ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ 15 ਅਗਸਤ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਜਿਹੜਾ ਪੂਰੀ ਤਰ੍ਹਾਂ ਨਾਲ ਚੌਕਸ ਹੋ ਚੁੱਕੀ ਹੈ। ਇਸ ਇਲਾਕੇ ਦੇ ਅੰਦਰ ਸੁਰੱਖਿਆ ਵਧਾਉਣ ਦੇ ਲਈ, ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਜਿਹੜਾ ਗੱਡੀਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਜੇ ਇਸ ਹਾਈਵੇ ਦੀ ਜੇ ਗੱਲ ਕਰ ਲਈਏ ਤਾਂ ਇਹ ਹਾਈਵੇ ਪੰਜਾਬ ਰਾਜਸਥਾਨ ਨੂੰ ਜੋੜਦਾ ਹੈ, ਗੁਜਰਾਤ ਤੱਕ ਜਿਹੜਾ ਇਹ ਹਾਈਵੇ ਲੱਗਦਾ ਹੈ। ਵੱਡਾ ਇਲਾਕਾ ਜਿਹੜਾ ਹੈ, ਵੱਡਾ ਹਾਈਵੇ ਹੈ। ਇਸ ਹਾਈਵੇ ਦੇ ਉੱਪਰ ਕਈ ਸੂਬਿਆਂ ਤੋਂ ਜਿਹੜੇ ਆਉਣ ਜਾਣ ਵਾਲੇ ਵਾਹਨ, ਜੰਮੂ ਕਸ਼ਮੀਰ ਦੀ ਗੱਲ ਕਰ ਲਈਏ ਜਾਂ ਰਾਜਸਥਾਨ ਦੀ ਗੱਲ ਕਰ ਲਈਏ ਤਾਂ ਇੱਕ ਵੱਡਾ ਦਾਇਰਾ ਇਸ ਇਲਾਕੇ ਤੋਂ ਹੋ ਕੇ ਵਾਹਨ ਚਾਲਕ ਨਿਕਲਦੇ ਨੇ। ਤੁਸੀਂ ਤਸਵੀਰਾਂ ਦੇ ਅੰਦਰ ਦੇਖ ਸਕਦੇ ਹੋ ਕਿ ਜੇਕਰ ਮੂੰਹ ਤੇ ਕੋਈ ਕੱਪੜਾ ਲਪੇਟ ਕੇ ਜਾ ਰਿਹਾ ਹੈ ਤਾਂ ਉਸ ਨੂੰ ਵੀ ਰੋਕ ਕੇ ਜਿਹੜਾ ਚੈੱਕ ਕੀਤਾ ਜਾ ਰਿਹਾ ਹੈ। ਇਹ ਪੰਜਾਬ ਪੁਲਿਸ ਵੱਲੋਂ ਜਿਹੜੀ ਇਹ ਇਲਾਕੇ ਨੂੰ ਸੀਲ ਕਰਦਿਆਂ ਇਸ ਇਲਾਕੇ ਦੇ ਅੰਦਰ ਜਿਹੜਾ ਹੈ ਵਿਸ਼ੇਸ਼ ਨਾਕਾਬੰਦੀ ਕੀਤੀ ਜਾ ਰਹੀ ਹੈ। 15 ਅਗਸਤ ਦੇ ਮੱਦੇਨਜ਼ਰ ਰੱਖਦਿਆਂ ਇਹ ਵਿਸ਼ੇਸ਼ ਜਿਹੜੀ ਚੌਕਸੀ ਵਧਾਈ ਗਈ ਹੈ। ਗੁਆਂਢੀ ਮੁਲਕ ਪਾਕਿਸਤਾਨ ਦੀਆਂ ਅਕਸਰ ਜਿਹੜੀਆਂ ਨਾਪਾਕ ਹਰਕਤਾਂ ਭਾਰਤ ਦੇ ਖਿਲਾਫ ਜਿਹੜੀਆਂ ਰਚੀਆਂ ਜਾਂਦੀਆਂ ਨੇ, ਸਾਜ਼ਿਸ਼ਾਂ ਰਚੀਆਂ ਜਾਂਦੀਆਂ ਨੇ, ਜਿਸ ਨੂੰ ਲੈ ਕੇ ਸੁਰੱਖਿਆ ਮੁਹੱਈਆ ਕਰਾਉਣ ਦੇ ਲਈ, ਕਿਉਂਕਿ 15 ਅਗਸਤ ਨੂੰ ਲੈ ਕੇ ਵੱਖ ਵੱਖ ਥਾਵਾਂ ਦੇ ਉੱਤੇ ਜਿਹੜਾ ਸਮਾਗਮ ਹੋਣੇ ਨੇ, ਆਜ਼ਾਦੀ ਦਿਹਾੜੇ ਦੇ ਜਿਹੜੇ ਸਮਾਗਮ ਕੀਤੇ ਜਾਣੇ ਨੇ, ਇਹਨਾਂ ਸਮਾਗਮਾਂ ਦੇ ਅੰਦਰ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਜਿਹੜਾ ਸਰਹੱਦਾਂ ਨੂੰ ਸੀਲ ਕੀਤਾ ਗਿਆ। ਗੱਲਬਾਤ ਕਰਦੇ ਹਾਂ ਸਰ, ਕਿਸ ਤਰ੍ਹਾਂ ਦੀ ਜਿਹੜੀ ਇਹ ਨਾਕਾਬੰਦੀ ਕੀਤੀ ਗਈ ਹੈ ਤੇ ਇਹਦਾ ਮਕਸਦ ਕੀ? 15 ਅਗਸਤ ਨੂੰ ਪੂਰੇ ਜਿਹੜੇ ਹੈਗਾ ਸ਼ਹਿਰ ਨੂੰ ਸੀਲ ਕੀਤਾ ਗਿਆ ਹੈਗਾ, ਕਾਫੀ ਨਾਕੇ ਲਗਾਏ ਹੈਗੇ ਨੇ, PCR ਰੈਗੂਲਰ ਚੱਲ ਰਹੀ 24 ਘੰਟੇ, ਔਰ ਜਿਹੜੇ ਹੈਗੇ ਨੇ 36% ਉਹਨਾਂ ਨੂੰ ਚੈੱਕ ਵੀ ਕੀਤਾ ਜਾ ਰਿਹਾ ਤਾਂ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਬਾਰਡਰ ਬਹੁਤ ਨੇੜੇ ਹੈ ਜੀ, ਬਾਰਡਰ ਨੂੰ ਲੈ ਕੇ ਸਿਕਿਉਰਿਟੀ ਜ਼ਿਆਦਾ ਟਾਈਟ ਕਰਨੀ ਪੈਂਦੀ ਹੈ, ਇਸ ਨੂੰ ਕਿਸ ਤਰ੍ਹਾਂ ਨਜ਼ਰੀਏ ਨਾਲ ਦੇਖ? ਜਿੱਦਾਂ ਜੇ ਦਿਸ਼ਾ ਨਿਰਦੇਸ਼ ਆਏ ਸੀਗੇ, ਕਾਫੀ ਜ਼ਿਆਦਾ ਨਾਕੇ ਵੀ ਲਗਾਏ ਹੋਏ ਨੇ, ਪੂਰੀ ਸਰਗਰਮ ਹੈਗੀ ਸਾਡੀ ਟੀਮ। ਕੱਲ੍ਹ ਦਾ ਸਮਾਗਮ ਹੋਣ ਜਾ ਰਿਹਾ ਹੈ, ਸਰਕਾਰੀ ਸਮਾਗਮ, ਇਹ ਪੰਜਾਬ ਤੋਂ ਪੱਧਰ ਦੇ ਉੱਪਰ ਜਿਹੜਾ ਇਹ ਸਮਾਗਮ ਮਨਾਇਆ ਜਾ ਰਿਹਾ ਹੈ, ਉਸ ਦੀ ਸੁਰੱਖਿਆ ਨੂੰ ਲੈ ਕੇ? ਇਸ ਵਾਸਤੇ ਕਾਫੀ ਜ਼ਿਆਦਾ ਪ੍ਰਬੰਧ ਕੀਤੇ ਹੋਏ ਨੇ, ਸੁਰੱਖਿਆ ਦੇ ਪ੍ਰਬੰਧ ਦੇਖਦੇ ਹੋਏ ਕਾਫੀ ਜ਼ਿਆਦਾ ਨਾਕੇ ਲਗਾ ਰੱਖੇ। ਜਿਹੜੀ ਸਾਡੀ ਫੋਰਸ ਹੈਗੀ ਤਤਪਰ ਹੈਗੀ ਹੈ, ਨਾ ਕੋਈ ਏਦਾਂ ਦੀ ਅਣਸੁਖਾਵੀ ਘਟਨਾ ਵਾਪਰ। ਵਾਹਨਾਂ ਨੂੰ ਚੈੱਕ ਕੀਤਾ ਹੈ, ਕੀ ਚੈੱਕ ਕੀ ਕੀਤਾ ਹੈ? ਵਾਹਨਾਂ ਨੂੰ ਜਿਨ੍ਹਾਂ ਦੇ ਬਿੱਲ ਲੱਗੀ ਹੋਈ ਬਿੱਲ ਉਤਾਰੀ ਜਾਂਦੀ, ਕੋਈ ਸਸਪੈਕਟਡ ਪਰਸਨ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਜਾਂਦਾ, ਗੱਡੀਆਂ ਚੰਗੀ ਤਰ੍ਹਾਂ ਚੈੱਕ ਕੀਤਾ ਜਾਂਦਾ ਹੈ। ਕੋਈ ਸ਼ੱਕੀ ਪੁਰਸ਼ਾਂ ਦੀ ਜਿਹੜੀ ਪਛਾਣ ਕੀਤੀ ਜਾਂਦੀ ਹੈ। ਦੂਜੇ ਪਾਸੇ ਜੇ ਸਰਹੱਦੀ ਇਲਾਕੇ ਦੇ ਪਿੰਡਾਂ ਦੀ ਜੇ ਗੱਲ ਕਰ ਲਈਏ ਤਾਂ ਪਿੰਡਾਂ ਦੇ ਅੰਦਰ ਕਿਸ ਤਰ੍ਹਾਂ ਦੇ ਹਾਲਾਤ ਨੇ? ਗੱਲਬਾਤ ਕਰਦੇ ਆ SHO ਲੇਖਰਾਜ ਜੀ ਨਾਲ। ਸਰ, ਸਰਹੱਦੀ ਇਲਾਕਾ ਡਿਫੈਂਸ ਏਰੀਆ, ਕਿਸ ਤਰ੍ਹਾਂ ਦੀ ਸੁਰੱਖਿਆ? ਅਤੇ ਮਾਨਯੋਗ DGP ਸਾਹਿਬ, SSP ਸਾਹਿਬ ਫਾਜ਼ਿਲਕਾ, ਉਹਨਾਂ ਦੀਆਂ ਸਖ਼ਤ ਹਦਾਇਤਾਂ ਨੇ। 15 ਅਗਸਤ ਦੀ ਕਾਫੀ ਜ਼ਿਆਦਾ ਚੌਕਸੀ ਹੈ, ਜਿਹੜਾ ਬਾਰਡਰ ਏਰੀਆ ਉਹਦੇ ਵਿੱਚ ਵੀ ਸਾਡੀ ਜੁਆਇੰਟ ਆਪਰੇਸ਼ਨ ਚੱਲ ਰਹੇ ਨੇ। ਸਿਟੀ ਏਰੀਏ ਦੇ ਵਿੱਚ ਜਿੱਦਾਂ ਹੁਣ ਤੁਸੀਂ ਦੇਖ ਰਹੇ ਹੋ SHO ਸਿਟੀ ਔਰ ਮੇਰਾ, ਅਸੀਂ ਜੁਆਇੰਟ ਨਾਕਾ ਜਿਹੜਾ ਸਾਡਾ ਚੱਲ ਰਿਹਾ ਅਤੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਗੌਰਮੈਂਟ ਬਿਲਡਿੰਗ
ਜੋ ਵੀ ਸਾਡਾ ਪਿੰਨ ਪੁਆਇੰਟ ਨੇ ਅਫਸਰਾਂ ਦੇ ਹਦਾਇਤਾਂ ਮੁਤਾਬਕ ਅਸੀਂ ਉਹਨਾਂ ਨੂੰ ਚੈੱਕ ਕਰ ਇਲਾਕੇ ਨੂੰ ਸੀਲ ਕੀਤਾ ਗਿਆ, ਕਿੰਨੇ ਥਾਵਾਂ ਦੇ ਉੱਤੇ ਜਿਹੜੇ ਇਸ ਤਰ੍ਹਾਂ ਦੀ ਨਾਕਾ ਬਣਾ? ਦੇਖੋ ਜਿਹੜੀ ਵੀ ਸਾਡੇ ਪੁਆਇੰਟ ਨੇ ਜਿਹੜੇ ਸਾਨੂੰ ਸੁਰੱਖਿਆ ਦੇ ਵਿਊ ਤੋਂ ਪੁਆਇੰਟ ਨੇ ਤਕਰੀਬਨ ਅਸੀਂ ਸਾਰੇ ਹੀ ਕਵਰ ਕੀਤੇ ਹੋਏ ਨੇ। ਜਿਹੜਾ ਬਾਰਡਰ ਏਰੀਆ, ਸੈਕਿੰਡ ਡਿਫੈਂਸ ਲਾਈਨ ਹੋਈ, ਸਾਡੇ ਸ਼ਹਿਰ ਦੇ ਜਿਹੜੇ ਮੇਨ ਪੁਆਇੰਟ ਨੇ, ਅਸੀਂ ਸਾਰੇ ਹੀ ਕਵਰ ਕੀਤੇ ਹੋਏ। ਕਹਿੰਦੇ ਸੂਬੇ ਗੁਆਂਢੀ ਸੂਬੇ ਨਾਲ ਲੱਗਦਾ ਹੈ, ਰਾਜਸਥਾਨ ਨਾਲ ਲੱਗਦਾ ਹੈ, ਦੂਜੇ ਪਾਸੇ ਇਹੀ ਸੜਕ ਜਿਹੜੀ ਹੈ ਸਰਹੱਦ ਵਾਲੇ ਪਾਸੋਂ। ਹਾਂ ਬਿਲਕੁਲ, ਇਹ ਜਿਹੜੀ ਸੜਕ ਹੈ ਕਾਫੀ ਦੋ ਸੂਬਿਆਂ ਨੂੰ ਜੋੜਦੀ ਹੈ, ਰਾਜਸਥਾਨ ਨੂੰ ਵੀ ਜੋੜਦੀ ਹੈ ਤੇ ਹਰਿਆਣੇ ਨੂੰ ਵੀ ਜੋੜਦੀ ਹੈ, ਤੇ ਦੋਵਾਂ ਹੀ ਅਸੀਂ ਜਿਹੜਾ ਸੜਕਾਂ ਤੇ ਸੁਰੱਖਿਆ ਪ੍ਰਬੰਧ ਸਾਡੇ। ਹਾਂ ਬਿਲਕੁਲ ਬਿਲਕੁਲ, ਸੁਰੱਖਿਆ ਦੇ ਪੂਰੇ ਇੰਤਜ਼ਾਮ। ਜਿਹੜੇ ਸੁਰੱਖਿਆ ਦੇ ਪੂਰੇ ਇੰਤਜ਼ਾਮਾਤ ਨੇ ਦੋ ਸੂਬਿਆਂ ਦੀਆਂ ਸੜਕਾਂ ਦੇ ਉੱਪਰ, ਸੈਕਿੰਡ ਡਿਫੈਂਸ ਦੇ ਉੱਪਰ ਗੱਲ ਕਰ ਲਈਏ ਜਾਂ ਸਰਹੱਦ ਦੀ ਗੱਲ ਕਰ ਲਈਏ ਤਾਂ ਚੌਕਸੀ ਜਿਹੜੀ ਵਧਾਈ ਗਈ ਹੈ, ਹਾਈ ਅਲਰਟ ਤੇ ਜਿਹੜੀ ਪੰਜਾਬ ਪੁਲਿਸ ਨਜ਼ਰ ਆ ਰਹੀ ਹੈ। ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਉਣ ਜਾਣ ਵਾਲੇ ਵਾਹਨਾਂ ਨੂੰ ਚੈੱਕ ਕੀਤਾ ਜਾ ਰਿਹਾ, ਸ਼ੱਕੀ ਪੁਰਸ਼ਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਤਾਂ ਜੋ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ, ਜਿਸ ਨੂੰ ਲੈ ਕੇ ਸੁਰੱਖਿਆ ਜਿਹੜੀ ਵਧਾਈ ਗਈ ਹੈ। ਤਸਵੀਰਾਂ ਫਾਜ਼ਿਲਕਾ ਦੀਆਂ ਨੇ ਜਿੱਥੇ ਇਹ ਵਿਸ਼ੇਸ਼ ਜਿਹੜੀ ਨਾਕਾਬੰਦੀ ਕੀਤੀ ਜਾ ਰਹੀ ਹੈ। ਕਈ ਥਾਵਾਂ ਦੇ ਉੱਪਰ ਜਿਹੜੇ ਐਗਜ਼ਿਟ ਪੁਆਇੰਟ ਨੇ ਜਾਂ ਐਂਟਰੀ ਪੁਆਇੰਟ ਨੇ, ਜਿਨ੍ਹਾਂ ਦੇ ਉੱਪਰ ਜਿਹੜਾ ਹੈ ਪੰਜਾਬ ਪੁਲਿਸ ਚੌਕਸ ਦਿਖਾਈ ਦੇ ਰਹੀ ਹੈ, ਜਿਹੜੀ ਸੁਰੱਖਿਆ ਜਿਹੜੀ ਵਧਾਈ ਗਈ ਹੈ, ਕਿਉਂਕਿ ਅਕਸਰ ਜਿਹੜੀ 15 ਅਗਸਤ ਦੇ ਉੱਤੇ ਜਿਹੜੀ ਹੈ ਸ਼ਰਾਰਤੀ ਅੰਸਰਾਂ ਜਾਂ ਹੋਰ ਥਾਵਾਂ ਦੇ ਉੱਤੋਂ ਜਿਹੜੀ ਹੈ ਫਿਰਾਕ ਵਿੱਚ ਰਹਿੰਦੇ ਨੇ, ਜਿਸ ਨੂੰ ਵੇਖਦਿਆਂ ਸਰਹੱਦੀ ਇਲਾਕਿਆਂ 'ਚ ਵਿਸ਼ੇਸ਼ ਕਰਕੇ ਸਰਹੱਦੀ ਇਲਾਕਿਆਂ ਦੇ ਅੰਦਰ ਜਿਹੜੀ ਸੁਰੱਖਿਆ ਨੂੰ ਕੜਾ ਕੀਤਾ ਗਿਆ। ਤਸਵੀਰਾਂ ਫਾਜ਼ਿਲਕਾ ਸਰਹੱਦੀ ਇਲਾਕੇ ਦੀਆਂ ਨੇ ਜਿੱਥੇ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਜਿਹੜਾ ਅਲਰਟ ਦਿਖਾਈ ਦੇ ਰਹੀ ਹੈ, ਚੌਕਸ ਦਿਖਾਈ ਦੇ ਰਹੀ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ। 15 ਅਗਸਤ ਦੇ ਮੱਦੇ ਨਜ਼ਰ ਰੱਖਦਿਆਂ ਇਹ ਜਿਹੜੀ ਵਿਸ਼ੇਸ਼ ਜਿਹੜੀ ਨਾਕਾਬੰਦੀ ਕੀਤੀ ਗਈ ਹੈ, ਵਾਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ, ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਾਗਜ਼ਾਤ ਚੈੱਕ ਕੀਤੇ ਜਾ ਰਹੇ ਨੇ, ਤੇ ਹਰ ਉਸ ਚੀਜ਼ ਨੂੰ ਵੇਖਿਆ ਜਾ ਰਿਹਾ ਹੈ, ਉਸ ਬੰਦੇ ਦੀ ਪਛਾਣ ਕੀਤੀ ਜਾ ਰਹੀ ਹੈ, ਉਸ ਵਾਹਨ ਚਾਲਕ ਦੀ ਪਛਾਣ ਕੀਤੀ ਜਾ ਰਹੀ ਹੈ ਕਿ ਆਖਿਰ ਉਹ ਵਿਅਕਤੀ ਕਿੱਥੋਂ ਆਇਆ ਹੈ, ਕਿੱਥੇ ਉਹਨੇ ਜਾਣਾ ਹੈ, ਕਿ ਉਸਦੇ ਗੱਡੀ ਦੇ ਕਾਗਜ਼ਾਤ ਪੂਰੇ ਨੇ। ਇਹ ਹਰ ਚੀਜ਼ਾਂ ਨੂੰ ਜਿਹੜਾ ਬਰੀਕੀ ਦੇ ਨਾਲ ਜਿਹੜਾ ਪੰਜਾਬ ਪੁਲਿਸ ਜਿਹੜੀ ਜਾਂਚ ਕਰ ਰਹੀ ਹੈ। ਵਿਸ਼ੇਸ਼ ਨਾਕਾਬੰਦੀ ਦੇ ਪਿੱਛੇ ਦਾ ਕਾਰਨ 15 ਅਗਸਤ ਦੀ ਜਿਹੜਾ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਉਸ ਆਜ਼ਾਦੀ ਦਿਹਾੜੇ ਦੇ ਅੰਦਰ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ, ਜਿਸ ਦੇ ਮੱਦੇਨਜ਼ਰ ਰੱਖਦੇ ਹੋਇਆਂ ਸਰਹੱਦੀ ਇਲਾਕੇ ਦੇ ਅੰਦਰ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਅਲਰਟ ਹੈ ਤੇ ਇਲਾਕੇ ਨੂੰ ਜਿਹੜਾ ਹੈ ਸੀਲ ਕਰ ਦਿੱਤਾ ਗਿਆ ਹੈ। ਪ੍ਰਦੀਪ ਕੁਮਾਰ, ਨਿਊਜ਼ 18, ਫਾਜ਼ਿਲਕਾ।